ਇਹ ਆਕਾਸ਼ਵਾਣੀ ਜਲੰਧਰ ਹੈ। ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਸਰਕਾਰ ਨੇ ਇੱਕ ਰਾਸ਼ਟਰ ਇੱਕ ਚੋਣ ਦੀ ਘੋਖ ਕਰਨ ਲਈ 8 ਮੈਂਬਰੀ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਹੈ। ਚੰਦਰਯਾਨ 3 ਦਾ ਪ੍ਰਗਿਆਨ ਰੋਵਰ ਚੰਦ ਦੀ ਸਤਹ ਤੇ ਆਪਣਾ ਕੰਮ ਮੁਕੰਮਲ ਕਰਨ ਮਗਰੋਂ ਆਰਾਮ ਦੀ ਸਥਿਤੀ ਚ ਆ ਗਿਆ ਹੈ। ਚੌਥੀ G20 ਸ਼ੇਰਪਾ ਮੀਟਿੰਗ ਅੱਜ ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਸ਼ੁਰੂ ਹੋਏਗੀ। ਉੱਤਰੀ ਰੇਲਵੇ ਨੇ ਦਿੱਲੀ ਚ 9 ਤੋਂ 10 ਸਤੰਬਰ ਤੱਕ G20 ਸਿਖਰ ਸੰਮੇਲਨ ਦੇ ਮੱਦੇਨਜ਼ਰ 40 ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਰੱਦ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਇਕ ਰੋਚਕ ਫਾਈਨਲ ਮੁਕਾਬਲੇ ਵਿਚ ਪਾਕਿਸਤਾਨ ਨੂੰ ਹਰਾ ਕੇ ਮਰਦਾਂ ਦਾ ਪਹਿਲਾ ਹਾਕੀ 5S ਏਸ਼ੀਆ ਕੱਪ ਜਿੱਤ ਲਿਆ ਹੈ। ਏਸ਼ੀਆ ਕੱਪ ਕ੍ਰਿਕਟ ਵਿਚ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਸਰਕਾਰ ਨੇ ਇਕ ਰਾਸ਼ਟਰ ਇਕ ਚੋਣ ਦੀ ਘੋਖ ਕਰਨ ਲਈ 8 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਨੇਤਾ ਗੁਲਾਮ ਨਬੀ ਆਜ਼ਾਦ, 15ਵੇਂ ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਐਨਕੇ ਸਿੰਘ ਅਤੇ ਹੋਰਾਂ ਨੂੰ ਕਮੇਟੀ ਦੇ ਮੈਂਬਰ ਨਿਯੁਕਤ ਕੀਤਾ ਗਿਆ ਹੈ। ਕਮੇਟੀ ਦੀਆਂ ਮੀਟਿੰਗਾਂ ਵਿਚ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ। ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਦੀਆਂ ਚੋਣਾਂ 1951-52 ਤੋਂ 1967 ਤੱਕ ਜ਼ਿਆਦਾਤਰ ਇਕੋ ਸਮੇਂ ਹੋਈਆਂ ਸਨ। ਉੱਚ ਪੱਧਰੀ ਕਮੇਟੀ ਸੰਵਿਧਾਨ ਅਤੇ ਹੋਰ ਵਿਧਾਨਕ ਪ੍ਰਬੰਧਾਂ ਤਹਿਤ ਮੌਜੂਦਾ ਢਾਂਚੇ ਨੂੰ ਧਿਆਨ ਵਿਚ ਰੱਖਦੇ ਹੋਏ ਲੋਕ ਸਭਾ, ਰਾਜ ਵਿਧਾਨ ਸਭਾਵਾਂ, ਨਗਰ ਪਾਲਿਕਾਵਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੋ ਸਮੇਂ ਕਰਾਉਣ ਲਈ ਜਾਂਚ ਕਰੇਗੀ ਅਤੇ ਸਿਫਾਰਸ਼ਾਂ ਦੇਵੇਗੀ। ਇਹ ਕਮੇਟੀ ਇਕੋ ਸਮੇਂ ਚੋਣਾਂ ਕਰਾਉਣ ਲਈ EVM ਅਤੇ VVPAT ਸਮੇਤ ਲੋੜੀਂਦੇ ਲੌਜਿਸਟਿਕਸ ਤੇ ਅਮਲੇ ਦੀ ਵੀ ਜਾਂਚ ਕਰੇਗੀ। ਭਾਰਤੀ ਪੁਲਾੜ ਖੋਜ ਸੰਸਥਾ ਇਸਰੋ ਨੇ ਸੂਚਿਤ ਕੀਤੈ ਕਿ ਚੰਦਰਯਾਨ 3 ਪੁਲਾੜ ਵਾਹਨ ਰਾਹੀਂ ਚੰਦ ਤੇ ਭੇਜਿਆ ਗਿਆ ਪ੍ਰਗਿਆਨ ਰੋਵਰ ਚੰਦ ਦੀ ਸਤਹ ਤੇ ਆਪਣਾ ਕੰਮ ਮੁਕੰਮਲ ਕਰਨ ਮਗਰੋਂ ਸਲੀਪ ਮੋਡ ਭਾਵ ਆਰਾਮ ਦੀ ਸਥਿਤੀ ਚ ਆ ਗਿਐ। 25 ਅਗਸਤ ਨੂੰ ਚੰਦ ਦੀ ਸਤਹ ਤੇ ਉਤਰਨ ਮਗਰੋਂ ਰੋਵਰ 100 ਮੀਟਰ ਤੋਂ ਵੱਧ ਚੱਲਿਆ। ਇਸਰੋ ਨੇ ਇਹ ਵੀ ਦਸਿਆ ਕਿ ਹੁਣ 22 ਸਤੰਬਰ 2023 ਨੂੰ ਸੂਰਜ ਨਿਕਲਣ ਦੀ ਉਮੀਦ ਹੈ ਤੇ ਉਦੋਂ ਪ੍ਰਗਿਆਨ ਦੇ ਮੁੜ ਸਰਗਰਮ ਹੋਣ ਦੀ ਸੰਭਾਵਨਾ ਹੈ। ਸੂਰਜਵਲ ਭਾਰਤ ਦੀ ਯਾਤਰਾ ਕੱਲ ਉਦੋਂ ਸ਼ੁਰੂ ਹੋਈ ਜਦੋਂ ਸਵੇਰੇ 11:50 ਤੇ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀ ਹਰੀਕੋਟਾ ਤੋਂ ਪਹਿਲੇ ਉਡਾਣ ਮਿਸ਼ਨ ਨੇ ਉਡਾਣ ਭਰੀ। ਅਦਿੱਤੇ L1 ਨੂੰ ਸੂਰਜ ਦੀ ਆਪਣੀ 125 ਦਿਨਾਂ ਦੀ ਯਾਤਰਾ ਸ਼ੁਰੂ ਕਰਨ ਵਿਚ ਲਗਭਗ 1 ਘੰਟਾ ਤੇ 3 ਮਿੰਟ ਲੱਗੇ। PSLV C-57 ਰਾਕੇਟ ਅਦਿੱਤੇ L1 ਨੂੰ ਲੈ ਕੇ ਸਾਫ਼ ਅਸਮਾਨ ਵਿਚ ਇਕ ਗੂੰਜਦੀ ਆਵਾਜ਼ ਦੇ ਨਾਲ ਉਪਰ ਉਠਿਆ ਤਾਂ ਇਸਰੋ ਵਿਚ ਹਾਜ਼ਰ ਲੋਕਾਂ ਨੇ ਸੀਟੀਆਂ ਤੇ ਤਾੜੀਆਂ ਨਾਲ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਭਾਰਤ ਦਾ ਸੂਰਜ ਦੇ ਅਧਿਐਨ ਲਈ ਵੱਡਾ ਮਿਸ਼ਨ ਚੰਦਰਯਾਨ 3 ਦੀ ਸਫਲਤਾ ਦੇ ਛੇਤੀ ਮਗਰੋਂ ਹੀ ਸ਼ੁਰੂ ਕੀਤਾ ਗਿਐ। ਅਦਿੱਤੇ L1 ਲਗਭਗ 4 ਮਹੀਨਿਆਂ ਚ ਲੈਗਰੇਂਜ 1 ਪੁਆਇੰਟ ਤੇ ਪਹੁੰਚੇਗਾ। ਚੌਥੀ G20 ਸ਼ੇਰਪਾ ਮੀਟਿੰਗ ਅੱਜ ਤੋਂ ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਸ਼ੁਰੂ ਹੋਏਗੀ। ਇਹ ਮੀਟਿੰਗ 7 ਸਤੰਬਰ ਤੱਕ ਤਾਰਾਉ ਨੇੜੇ ITC ਗ੍ਰੈਂਡ ਭਾਰਤ ਹੋਟਲ ਅਤੇ ਲੈਮਨ ਟ੍ਰੀ ਹੋਟਲ ਵਿਚ ਹੋਏਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕੱਲ੍ਹ ਦਸਿਆ ਕਿ ਮੀਟਿੰਗ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਹਰਿਆਣਾ ਸਰਕਾਰ ਵੱਲੋਂ ਸਿਰਹੌਲ ਸਰਹੱਦ ਤੋਂ ਖੇਖੜੀ ਦੌਲਾ ਟੋਲ ਪਲਾਜ਼ਾ, ਰਾਮਪੁਰਾ ਫਲਾਈਓਵਰ ਤੱਕ ਦੇ ਰਸਤੇ ਤੇ ਵਿਸ਼ੇਸ਼ ਸਜਾਵਟ ਕੀਤੀ ਗਈ ਹੈ। ਉੱਤਰੀ ਰੇਲਵੇ ਨੇ 9 ਤੋਂ 10 ਸਤੰਬਰ ਤੱਕ ਦਿੱਲੀ ਚ ਹੋਣ ਵਾਲੇ G20 ਸਿਖਰ ਸੰਮੇਲਨ ਕਾਰਨ 40 ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਇਸ ਨੇ 64 ਰੇਲ ਗੱਡੀਆਂ ਦੇ ਰੂਟ ਵੀ ਬਦਲੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉੱਤਰੀ ਰੇਲਵੇ ਨੇ ਕਿਹਾ ਕਿ ਇਹ ਫੈਸਲਾ ਸੰਮੇਲਨ ਦੀ ਸੁਰੱਖਿਆ ਅਤੇ ਹੋਰ ਮਹੱਤਵਪੂਰਨ ਪ੍ਰਬੰਧਾਂ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਐ। ਇਸ ਨੇ ਸੋਸ਼ਲ ਮੀਡੀਆ ਤੇ ਆਪਣੀ ਟ੍ਰੇਨ ਹੈਂਡਲਿੰਗ ਪਲਾਨ ਸਾਂਝੀ ਕੀਤੀ ਹੈ ਅਤੇ ਯਾਤਰੀਆਂ ਨੂੰ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਬੇਨਤੀ ਕੀਤੀ ਹੈ। ਇਸ ਮਹੀਨੇ ਦੀ 8 ਤੋਂ 11 ਤਰੀਕ ਤੱਕ ਕਈ ਰੇਲ ਗੱਡੀਆਂ ਜੋ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੇ ਸ਼ੁਰੂ ਜਾਂ ਖਤਮ ਹੋਣੀਆਂ ਸਨ, ਹੁਣ ਗਾਜ਼ੀਆਬਾਦ ਜਾਂ ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨਾਂ ਤੇ ਖਤਮ ਜਾਂ ਸ਼ੁਰੂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 20ਵੇਂ ਆਸੀਅਨ ਭਾਰਤ ਸਿਖਰ ਸੰਮੇਲਨ ਅਤੇ 18ਵੇਂ ਪੂਰਬੀ ਏਸ਼ੀਆ ਸੰਮੇਲਨ ਵਿਚ ਸ਼ਾਮਲ ਹੋਣ ਲਈ ਇਸ ਮਹੀਨੇ ਦੀ 6 ਤਰੀਕ ਤੋਂ ਇੰਡੋਨੇਸ਼ੀਆ ਦੇ 2 ਦਿਨਾਂ ਦੌਰੇ ਤੇ ਹੋਣਗੇ। ਦੋ ਸਿਖਰ ਸੰਮੇਲਨਾਂ ਦੀ ਮੇਜ਼ਬਾਨੀ ਜਕਾਰਤਾ ਵਿਚ ਆਸੀਅਨ ਦੀ ਮੌਜੂਦਾ ਚੇਅਰ ਇੰਡੋਨੇਸ਼ੀਆ ਦੁਆਰਾ ਕੀਤੀ ਜਾਏਗੀ। ਆਸੀਅਨ ਭਾਰਤ ਸਿਖਰ ਸੰਮੇਲਨ ਪਿਛਲੇ ਸਾਲ ਭਾਰਤ ਆਸੀਅਨ ਸਬੰਧਾਂ ਨੂੰ ਵਿਆਪਕ ਨੀਤੀਗਤ ਭਾਈਵਾਲੀ ਤੱਕ ਵਧਾਉਣ ਤੋਂ ਬਾਅਦ ਪਹਿਲਾ ਸਿਖਰ ਸੰਮੇਲਨ ਹੋਏਗਾ। ਇਹ ਭਾਰਤ ਆਸੀਅਨ ਸਬੰਧਾਂ ਦੀ ਪ੍ਰਗਤੀ ਦਾ ਜਾਇਜ਼ਾ ਲਏਗਾ ਅਤੇ ਸਹਿਯੋਗ ਲਈ ਭਵਿੱਖ ਦੀ ਦਿਸ਼ਾ ਤੈਅ ਕਰੇਗਾ। ਪੂਰਬੀ ਏਸ਼ੀਆ ਸਿਖਰ ਸੰਮੇਲਨ ਆਸੀਅਨ ਦੇਸ਼ਾਂ ਦੇ ਨੇਤਾਵਾਂ ਅਤੇ ਭਾਰਤ ਸਮੇਤ ਇਸ ਦੇ 8 ਗੱਲਬਾਤ ਭਾਈਵਾਲਾਂ ਨੂੰ ਖੇਤਰੀ ਅਤੇ ਆਲਮੀ ਮਹੱਤਵ ਦੇ ਮੁੱਦਿਆਂ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ 7 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਰੋਹ ਜੇਲ੍ਹ ਦੇ ਅੰਦਰੋਂ ਆਪਣਾ ਨੈੱਟਵਰਕ ਚਲਾ ਰਿਹਾ ਸੀ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਚੰਡੀਗੜ੍ਹ ਵਿਚ ਦਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਵਿਚ 3 ਡਿਲੀਵਰੀ ਕਰਨ ਵਾਲੇ ਅਤੇ 4 ਰਿਸੀਵਰ ਨੇ। ਇਨ੍ਹਾਂ ਕੋਲੋਂ 15 ਕਿਲੋਗ੍ਰਾਮ ਹੈਰੋਇਨ ਅਤੇ 7 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ 2 ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਗੌਰਵ ਯਾਦਵ ਨੇ ਦਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਭਰੋਸੇਯੋਗ ਸੂਤਰਾਂ ਤੋਂ ਇਤਲਾਹ ਮਿਲੀ ਸੀ ਕਿ ਗੁਰਪਿੰਦਰ ਪਿੰਦਾ, ਨਰਿੰਦਰ ਅਤੇ ਰਣਜੋਤ ਜੋਧਾ ਨੇ ਹਾਲ ਵਿਚ ਹੀ ਪਿੰਡ ਹਰੂਵਾਲ ਦੇ ਇਲਾਕੇ ਵਿਚੋਂ ਹੈਰੋਇਨ ਦੀ ਇਕ ਖੇਪ ਬਰਾਮਦ ਕੀਤੀ ਹੈ, ਜਿਹੜੀ ਪਾਕਿਸਤਾਨ ਸਥਿਤ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੀ ਗਈ ਸੀ ਅਤੇ ਉਨ੍ਹਾਂ ਵੱਲੋਂ ਇਹ ਖੇਪ ਅੰਮ੍ਰਿਤਸਰ ਵਿਚ ਕਿਸੇ ਪਾਰਟੀ ਨੂੰ ਡਿਲੀਵਰ ਕੀਤੀ ਜਾਣੀ ਸੀ। ਉਨ੍ਹਾਂ ਦਸਿਆ ਕਿ ਕਾਰਵਾਈ ਕਰਦੇ ਹੋਏ ਟੀਮ ਨੇ ਗੁਰਦਾਸਪੁਰ ਦੇ ਹਰੂਵਾਲ ਇਲਾਕੇ ਤੋਂ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ ਇਹ 15 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਨੇ ਅੱਗੇ ਕਿਹਾ ਕਿ ਜਾਂਚ ਵਿਚ ਸਾਹਮਣੇ ਆਇਆ ਕਿ ਮੋਗਾ ਦਾ ਜਸਪ੍ਰੀਤ ਸਿੰਘ ਉਰਫ ਕਾਲੀ ਮਾਸਟਰ ਮਾਈਂਡ ਹੈ, ਜਿਹੜਾ ਇਸ ਸਮੇਂ ਫਰੀਦਕੋਟ ਜੇਲ੍ਹ ਵਿਚ ਬੰਦ ਹੈ ਅਤੇ ਵਟਸਐਪ ਰਾਹੀਂ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਦੇ ਸੰਪਰਕ ਵਿਚ ਹੈ। ਉਹ ਜੇਲ੍ਹ ਵਿਚੋਂ ਇਸ ਡਰੱਗ ਕਾਰਟਲ ਨੂੰ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪੁਲਿਸ ਦੀਆਂ ਟੀਮਾਂ ਵੱਲੋਂ ਜਲਦੀ ਹੀ ਉਸ ਨੂੰ ਹੋਰ ਪੁੱਛਗਿੱਛ ਲਈ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਜਾਏਗਾ। ਭਾਰਤੀ ਜਨਤਾ ਪਾਰਟੀ ਦੇ ਜਲੰਧਰ ਯੂਨਿਟ ਵੱਲੋਂ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਤਹਿਤ ਦਿੱਲੀ ਵਿਚ ਅੰਮ੍ਰਿਤ ਵਾਟਿਕਾ ਬਣਾਉਣ ਲਈ ਮਿੱਟੀ ਇਕੱਠੀ ਕੀਤੀ ਜਾਏਗੀ। ਯੂਨਿਟ ਦੀ ਕੱਲ੍ ਹੋਈ ਇਸ ਮੀਟਿੰਗ ਦੌਰਾਨ ਇਸ ਬਾਰੇ 4 ਸਤੰਬਰ ਤੋਂ 30 ਅਕਤੂਬਰ ਤੱਕ ਕੀਤੇ ਜਾਣ ਵਾਲੇ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਨੇ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਹਰ ਬੂਥ, ਬਲਾਕ, ਵਾਰਡ ਤੇ ਸ਼ਹਿਰ ਤੋਂ ਮਿੱਟੀ ਇਕੱਠੀ ਕੀਤੀ ਜਾਏਗੀ ਅਤੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਮਾਜਿਕ ਅਦਾਰਿਆਂ ਨੂੰ ਵੀ ਇਸ ਮੁਹਿੰਮ ਨਾਲ ਜੋੜਿਆ ਜਾਏਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮ ਦਿਨ ਤੇ 5 ਦਿਨ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਨ੍ਹਾਂ ਵਿਚ ਖੂਨਦਾਨ ਕੈਂਪ, ਬੂਟੇ ਲਾਉਣਾ, ਮੈਡੀਕਲ ਕੈਂਪ, ਸੇਵਾ ਕਾਰਜ ਅਤੇ ਸਮਾਜਿਕ ਬੁਰਾਈਆਂ ਖਿਲਾਫ਼ ਸਹੁੰ ਚੁੱਕ ਸਬੰਧੀ ਸਮਾਗਮ ਸ਼ਾਮਲ ਨੇ। ਓਡੀਸ਼ਾ ਵਿਚ ਕੱਲ ਭਾਰੀ ਮੀਂਹ ਪੈਣ ਕਾਰਨ 6 ਜ਼ਿਲ੍ਹਿਆਂ ਵਿਚ ਬਿਜਲੀ ਡਿੱਗਣ ਨਾਲ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ। ਵਿਸ਼ੇਸ਼ ਰਾਹਤ ਕਮਿਸ਼ਨਰ ਤੇ ਦਫ਼ਤਰ ਨੇ ਦਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਖੁਰਦਾ ਜ਼ਿਲ੍ਹੇ ਵਿਚ 4, ਬੋਲਾਂਗੀਰ ਵਿਚ 2 ਅਤੇ ਐਂਗੁਲ, ਬੋਧ, ਜਗਤ ਸਿੰਘਪੁਰ ਅਤੇ ਜਨਕਨਾਲ ਵਿਚ 1-1 ਵਿਅਕਤੀ ਦੀ ਮੌਤ ਹੋਈ ਹੈ। ਪ੍ਰਸਾਰ ਭਾਰਤੀ ਦੇਸ਼ ਵਿਚ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੀ ਪਹੁੰਚ ਨੂੰ ਵਧਾਉਣ ਲਈ ਅਤਿ ਆਧੁਨਿਕ ਤਕਨੀਕ ਅਪਣਾ ਰਹੀ ਹੈ। ਪ੍ਰਸਾਰ ਭਾਰਤੀ ਦੇ ਮੈਂਬਰ ਵਿੱਤ ਡੀਪੀਐਸ ਨੇਗੀ ਨੇ ਕੱਲ ਰਾਏਪੁਰ ਵਿਚ ਇਕ ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ ਕਿ ਲੋਕ ਪ੍ਰਸਾਰਕ ਵਜੋਂ ਪ੍ਰਸਾਰ ਭਾਰਤੀ ਇਕ ਮਿਸਾਲ ਕਾਇਮ ਕਰਨਾ ਚਾਹੁੰਦਾ ਹੈ। ਸ੍ਰੀ ਨੇਗੀ ਨੇ ਕਿਹਾ ਕਿ ਪਹਾੜੀ ਇਲਾਕਿਆਂ, ਖੱਬੇ ਪੱਖੀ ਅੱਤਵਾਦ ਤੋਂ ਪ੍ਰਭਾਵਿਤ ਖੇਤਰਾਂ ਅਤੇ ਦੇਸ਼ ਦੇ ਹੋਰ ਦੂਰ ਦੁਰਾਡੇ ਇਲਾਕਿਆਂ ਵਿਚ ਆਕਾਸ਼ਵਾਣੀ ਅਤੇ FM ਪ੍ਰਸਾਰਣ ਦੇ ਪ੍ਰਸਾਰ ਲਈ ਯਤਨ ਕੀਤੇ ਜਾ ਰਹੇ ਨੇ। ਭਾਰਤ ਓਮਾਨ ਚ ਸਲਾਲਾ ਵਿਖੇ ਪਾਕਿਸਤਾਨ ਨੂੰ ਪੈਨਲਟੀ ਸ਼ੂਟ ਆਊਟ 6-4 ਨਾਲ ਹਰਾ ਕੇ ਮਰਦਾਂ ਦੇ ਉਦਘਾਟਨੀ ਹਾਕੀ 5S ਏਸ਼ੀਆ ਕੱਪ ਦਾ ਚੈਂਪੀਅਨ ਬਣ ਗਿਆ ਹੈ। ਇਸ ਨਾਲ ਭਾਰਤ ਮਰਦਾਂ ਦੇ FIH ਹਾਕੀ 5S ਵਿਸ਼ਵ ਕੱਪ ਓਮਾਨ 2024 ਲਈ ਵੀ ਕੁਆਲੀਫਾਈ ਕਰ ਗਿਆ ਹੈ। ਦੂਜੇ ਹਾਫ਼ ਚ 2-4 ਨਾਲ ਪਛੜਨ ਵਰਗੋਂ ਭਾਰਤ ਮੁਹੰਮਦ ਰਾਹੀਲ ਦੇ 2 ਗੋਲਾਂ ਸਦਕਾ ਮੈਚ ਸ਼ੂਟ ਆਊਟ ਤੱਕ ਲੈ ਗਿਆ। ਏਸ਼ੀਆ ਕੱਪ ਕ੍ਰਿਕਟ ਵਿਚ ਕੱਲ ਕੈਂਡੀ ਚ ਪੋਲੇਕਲੇ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਚ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਮੀਂਹ ਕਾਰਨ ਰੱਦ ਹੋ ਗਿਆ ਹੈ। ਲਗਾਤਾਰ ਮੀਂਹ ਪੈਣ ਕਾਰਨ ਪਾਕਿਸਤਾਨ ਆਪਣੀ ਪਾਰੀ ਸ਼ੁਰੂ ਨਹੀਂ ਕਰ ਸਕਿਆ। ਦੋਹਾਂ ਟੀਮਾਂ ਨੂੰ 1-1 ਅੰਕ ਦਿੱਤਾ ਗਿਆ ਹੈ। ਇਸ ਤਰ੍ਹਾਂ ਪਾਕਿਸਤਾਨ ਗਰੁੱਪ ਏ ਵਿਚ 2 ਮੈਚਾਂ ਤੋਂ 3 ਅੰਕਾਂ ਨਾਲ ਸੁਪਰ 4 ਲਈ ਕੁਆਲੀਫਾਈ ਕਰ ਗਿਆ ਹੈ। ਪਹਿਲਾਂ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਭਾਰਤ ਦੀ ਟੀਮ 48.5 ਓਵਰਾਂ ਚ 266 ਦੌੜਾਂ ਬਣਾ ਕੇ ਆਊਟ ਹੋ ਗਈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਸਰਕਾਰ ਨੇ ਇਕ ਰਾਸ਼ਟਰ ਇਕ ਚੋਣ ਦੀ ਕੋਖ ਕਰਨ ਲਈ 8 ਮੈਂਬਰੀ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਹੈ। ਚੰਦਰਯਾਨ 3 ਦਾ ਪ੍ਰਗਿਆਨ ਰੋਵਰ ਚੰਦ ਦੀ ਸਤਹ ਤੇ ਆਪਣਾ ਕੰਮ ਮੁਕੰਮਲ ਕਰਨ ਮਗਰੋਂ ਆਰਾਮ ਦੀ ਸਥਿਤੀ ਚ ਆ ਗਿਆ ਹੈ। ਚੌਥੀ G20 ਸ਼ੇਰਪਾ ਮੀਟਿੰਗ ਅੱਜ ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਸ਼ੁਰੂ ਹੋਏਗੀ। ਉੱਤਰੀ ਰੇਲਵੇ ਨੇ ਦਿੱਲੀ ਚ 9 ਤੋਂ 10 ਸਤੰਬਰ ਤੱਕ G20 ਸਿਖਰ ਸੰਮੇਲਨ ਦੇ ਮੱਦੇਨਜ਼ਰ 40 ਮੇਲ ਤੇ ਐਕਸਪ੍ਰੈਸ ਰੇਲ ਗੱਡੀਆਂ ਰੱਦ ਕਰਨ ਦਾ ਫੈਸਲਾ ਕੀਤੈ ਤੇ ਭਾਰਤ ਨੇ ਇਕ ਰੋਚਕ ਫਾਈਨਲ ਮੁਕਾਬਲੇ ਚ ਪਾਕਿਸਤਾਨ ਨੂੰ ਹਰਾ ਕੇ ਮਰਦਾਂ ਦਾ ਪਹਿਲਾ ਹਾਕੀ 5S ਏਸ਼ੀਆ ਕੱਪ ਟੂਰਨਾਮੈਂਟ ਜਿੱਤ ਲਿਆ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦੈ।